ਸਾਧ ਦੇ ਕਾਰਨ ਹਰ ਪਾਸੇ ਜੇ ਨਜ਼ਰ ਮਾਰੀ ਜਾਵੇ ਤਾਂ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਪਿੰਡਾਂ ਦੇ ਵਿੱਚ। ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਪੁੱਤਾਂ ਵਾਂਗੂ ਪਾਲੀ ਫਸਲ, ਜਿਸ ਦੀ ਝੋਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ। ਝੋਨੇ ਦੀ ਪਨੀਰੀ ਤੋਂ ਬਾਅਦ ਝੋਨਾ ਲੱਗਣਾ ਸ਼ੁਰੂ ਹੋ ਗਿਆ ਸੀ। ਮੱਕੀ ਦੀ ਫਸਲ ਜਿਹੜੀ ਸੀ ਕਿਤੇ ਤਿਆਰ ਹੋ ਚੁੱਕੀ ਸੀ ਅਤੇ ਕਿਤੇ ਤਿਆਰ ਜਿਹੜੀ ਪੱਕਣ ਤੋਂ ਰਹਿ ਗਈ ਸੀ, ਕਿਤੇ ਚਾਰਾ ਸੀ। ਤਾਂ ਇਹ ਸਭ ਪਾਣੀ ਦੀ ਮਾਰ ਹੇਠ ਜਿਹੜਾ ਸੀ ਆ ਗਿਆ ਸੀ। ਫਿਰੋਜ਼ਪੁਰ ਦੇ ਕੋਟ ਬੁੱਢਾ ਪੱਤਨ ਨਜ਼ਦੀਕ ਜਿਹੜੇ ਅਸੀਂ ਮੌਜੂਦ ਹਾਂ, ਸਾਹਮਣੇ ਜਿੱਥੋਂ ਤੱਕ ਵੀ ਨਜ਼ਰ ਮਾਰੀ ਜਾਵੇ ਇਸ ਪਾਸੇ ਜਿਹੜਾ ਪਾਣੀ ਹੈ ਉਹ ਨਜ਼ਰ ਆ ਰਿਹਾ ਹੈ। ਖੇਤ ਜਿਹੜੇ ਨੇ ਹਜ਼ਾਰਾਂ ਏਕੜ ਤੱਕ ਜਿਹੜੇ ਖੇਤ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਹਰੀਕੇ ਵਰਕਸ ਜਿਹੜਾ ਹੈੱਡਵਰਕਸ ਹੈ ਉਸ ਜਗ੍ਹਾ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈ। ਜੇ ਗੱਲ ਕੀਤੀ ਜਾਵੇ ਆਮ ਤੌਰ 'ਤੇ ਇਸ ਪਾਸੇ ਪਾਣੀ ਜਿਹੜਾ ਹੈ ਉਹ ਘੱਟ ਛੱਡਿਆ ਜਾਂਦਾ ਹੈ, ਪਰ ਕਿਉਂਕਿ ਪਿੱਛੋਂ ਬਿਆਸ ਦਰਿਆ ਦੇ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਹੈ ਉਹ ਉਸਦੀ ਪੱਧਰ ਵੱਧਦਾ ਜਾ ਰਿਹਾ, ਤਾਂ ਇਸ ਕਰਕੇ ਪਾਣੀ ਜਿਹੜਾ ਬਰਸਾਤ ਹੋਈ 8 ਤਰੀਕ ਦੀ ਰਾਤ ਨੂੰ ਅਤੇ ਨਾਲ ਹੀ ਪਾਣੀ ਜਿਹੜਾ ਹਰੀਕੇ ਹੈੱਡਵਰਕਸ ਤੋਂ ਛੱਡਿਆ ਗਿਆ, ਉਸ ਕਰਕੇ ਇਹ ਸਾਰੀਆਂ ਹੀ ਜਿਹੜੀਆਂ ਜ਼ਮੀਨਾਂ ਸੀ ਕਿਸਾਨਾਂ ਦੀਆਂ ਇਹ ਪਾਣੀ ਦੀ ਮਾਰ ਹੇਠ ਆ ਗਈਆਂ। ਸਥਾਨਕ ਕਿਸਾਨ ਸਾਡੇ ਨਾਲ ਨੇ, ਗੱਲਬਾਤ ਕਰਦੇ, ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੱਦੂ ਕਰਕੇ ਪਨੀਰੀ ਜਿਹੜਾ ਝੋਨੇ ਦੀ ਫਸਲ ਲਾਉਣੀ ਸੀ ਤਾਂ ਝੋਨਾ ਜਿਹੜਾ ਲੱਗ ਵੀ ਚੁੱਕਾ ਸੀ ਉਸ ਤੋਂ 2-2 ਫੁੱਟ ਪਾਣੀ ਜਿਹੜਾ ਉੱਪਰ ਚਲਾ ਗਿਆ ਹੈ। ਸਾਹਮਣੇ ਮੱਕੀ ਦੀ ਜਿਹੜੀ ਫਸਲ ਹੈ ਜਾਂ ਚਾਰਾ ਹੈ ਕਿਸਾਨਾਂ ਦਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਕਿੰਨਾ ਕੁ ਨੁਕਸਾਨ ਹੋਇਆ ਹੈ ਅਤੇ ਕੀ ਕਿਸਾਨਾਂ ਦੇ ਜਿਹੜੇ ਇਸ ਵਕਤ ਜਿਹੜੀ ਕਿਸਾਨਾਂ ਦੇ ਇਸ ਵਕਤ ਜਜ਼ਬਾਤ ਨੇ ਅਸੀਂ ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ ਜੀ ਤੁਹਾਡਾ? ਦਲੇਰ ਸਿੰਘ। ਦਲੇਰ ਸਿੰਘ ਜੀ, ਕਿੰਨੀ ਤੁਹਾਡੀ ਜਗ੍ਹਾ ਹੈ, ਕਿੰਨੇ ਏਕੜ ਦੇ ਵਿੱਚ ਤੁਹਾਡੀ ਫਸਲ ਜਿਹੜੀ ਸੀ ਤਬਾਹ ਹੋਈ ਹੈ ਜੀ? ਸਾਡੀ ਜੀ 10 ਏਕੜ ਦੇ ਵਿੱਚ ਜਗ੍ਹਾ ਹੈਗੀ ਜਿਹੜੀ ਇੱਧਰ ਸਾਈਡ ਹੈ, ਕੁਛ ਇੱਧਰ ਸਾਈਡ ਆ ਅਤੇ ਸਾਰੀ ਤਕਰੀਬਨ ਡੁੱਬ ਚੁੱਕੀ ਆ। ਹਰਾ ਚਾਰਾ ਵੀ ਖਰਾਬ ਹੋ ਗਿਆ ਵਾ ਅਤੇ ਝੋਨਾ ਵੀ ਕੁਝ ਲੱਗਿਆ, ਕੁਝ ਕੁਝ ਪਰਸੈਂਟ ਰਹਿੰਦਾ, 10-20% ਰਹਿੰਦਾ, ਉਹ ਵੀ ਜਿਹੜਾ ਲੱਗਾ ਉਹ ਵੀ ਡੁੱਬ ਗਿਆ ਸਾਰਾ। ਮੱਕੀ ਹੈਗੀ ਸੀ ਤੁਹਾਡੀ? ਮੱਕੀ ਵੀ ਹੈਗੀ। ਤਾਂ ਇਹ ਸਰ ਕਿੰਨੇ ਕੁ ਦਾ ਨੁਕਸਾਨ ਜਿਹੜਾ ਤੁਸੀਂ ਝੋਨਾ ਕਦੋਂ ਲਾ ਲਿਆ ਸੀਗਾ ਸਾਰਾ? ਵੈਸੇ ਤਕਰੀਬਨ ਲੱਗ ਹੀ ਚੁੱਕਿਆ, 20% ਰਹਿ ਗਿਆ, ਯਾਨੀ ਕਿ 80% ਯਾਨੀ ਕਿ ਲੱਗ ਚੁੱਕਾ ਸੀ, ਉਹਦੇ ਵਿੱਚ 20% ਰਹਿ ਗਿਆ ਅਤੇ 80% ਜਿਹੜਾ ਲੱਗਾ ਵੀ ਡੁੱਬ ਚੁੱਕਾ। ਇਹ ਦਲੇਰ ਸਿੰਘ ਜੀ, ਪਾਣੀ ਜਿਹੜੀ ਬਰਸਾਤ ਹੋਈ 8 ਤਰੀਕ ਨੂੰ ਉਹਦੇ ਕਰਕੇ ਪਾਣੀ ਵਧਿਆ ਜਾਂ ਜਿਹੜੇ ਹਰੀਕੇ ਹੈੱਡਵਰਕਸ ਤੋਂ ਪਾਣੀ ਛੱਡਿਆ ਉਹਦੇ ਕਰਕੇ ਵੀ ਹੋਇਆ? ਕੁਛ ਬਰਸਾਤ ਦਾ ਹੋ ਗਿਆ, ਕੋਈ ਹੈੱਡ ਦਾ ਹੋ ਗਿਆ, ਦੋਨੋਂ ਮਿਕਸ ਹੋ ਗਿਆ, ਪਾਣੀ ਓਵਰਡੋਜ਼ ਹੋ ਗਿਆ ਨਾ ਸਾਰਾ। ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਬਣੇ ਕਦੀ? ਨਹੀਂ, ਬਣੇ ਰਹੇ ਆ, 18-19 ਹੀ ਆਇਆ, ਉਹ ਤੋਂ ਬਾਅਦ 2 ਸਾਲ ਪਾਣੀ ਨਹੀਂ ਆਇਆ। ਇੰਨਾ ਜ਼ਿਆਦਾ ਨਹੀਂ ਆਇਆ ਕਿ ਇੰਨਾ ਆ ਗਿਆ ਸੀ? ਨਹੀਂ, ਇੰਨਾ ਵੀ ਹੋ ਜਾਂਦਾ, ਕਦੀ ਕਦੀ ਵੱਧ ਹੋ ਜਾਂਦਾ, ਕਦੀ ਘੱਟ ਹੋ ਜਾਂਦਾ, ਐਰ ਕੀ ਬਹੁਤ ਜ਼ਿਆਦਾ ਸੀ। ਇਸ ਪਾਸੇ ਪਾਣੀ ਆਉਂਦਾ ਹੀ ਹੁੰਦਾ, ਤੁਹਾਨੂੰ ਇਹਦੀ ਮਾਰ ਝੱਲਣੀ ਪੈਂਦੀ ਹੈ? ਹਾਂਜੀ, ਹਰ ਸਾਲ ਝੱਲਣੀ ਪੈਂਦੀ ਜਦੋਂ ਪਾਣੀ ਆਉਂਦਾ ਤੇ। ਓਕੇ ਓਕੇ, ਮਤਲਬ ਜਿਹੜੇ ਪੂਰੇ ਓਵਰਆਲ ਜਿਵੇਂ ਪੂਰੇ ਪੰਜਾਬ ਝਾੜਾਂ ਦੇ ਹਾਲਾਤ ਬਣੇ ਨੇ, ਉਹ ਭਾਵੇਂ ਬਣਨ ਨਾ ਬਣਨ ਤੁਹਾਡੇ ਇੰਨਾ ਕੁ ਪਾਣੀ ਹਰ ਵੇਲੇ ਹਰੀਕੇ ਹੈੱਡਵਰਕਸ ਤੋਂ ਛੱਡਿਆ ਜਾਂਦਾ? ਹਾਂਜੀ ਹਾਂਜੀ, ਛੱਡ ਦਿੰਦੇ ਜਦੋਂ ਵੀ ਓਵਰਡੋਜ਼ ਹੁੰਦਾ, ਇੰਨਾ ਇੰਨਾ ਮਾਰਨ ਝੱਲਣੀ ਪੈਂਦੀ, ਯਾਨੀ ਕਿ ਫਸਲ ਸਾਡੀ ਡੁੱਬ ਜਾਂਦੀ, ਐਰ ਕਿ ਥੋੜ੍ਹਾ ਜਲਦੀ ਹੈਗਾ ਕਿ ਲੇਟ ਆਉਂਦਾ? ਮੁਆਵਜ਼ਾ ਮਿਲਿਆ ਸੀਗਾ ਕਦੀ ਅੱਗੇ ਪਿਛਲੀ ਜੇ ਡੁੱਬਿਆ ਜਾਂ 2018-19 ਦੀ ਗੱਲ, ਉਦੋਂ ਮੁਆਵਜ਼ਾ ਮਿਲਿਆ ਸੀ? ਮਿਲਦਾ ਹੈਗਾ, ਪਰ ਉਹ ਵੀ ਤੁਹਾਨੂੰ ਪਤਾ 10-12 ਹਜ਼ਾਰ 'ਚ ਕੀ ਬਣਦਾ ਕਿਸਾਨ ਦਾ, ਕਿਉਂਕਿ ਆ ਕੇ ਨਾ ਖਸਲ ਇਹਦਾ ਤੋਂ ਜ਼ਿਆਦਾ ਸਾਡਾ ਖਰਚਾ ਹੀ ਹੋ ਜਾਂਦਾ ਕਿੱਲੇ ਦੇ ਉੱਤੇ। ਸੋਚੀਏ ਜਿਹੜੇ ਝੋਨੇ ਦੀ ਫਸਲ ਦਾ ਮੈਂ ਜਾਣਨਾ ਚਾਹੁੰਦਾ, ਝੋਨਾ ਹੁਣ ਜੇ ਮੌਸਮ ਠੀਕ ਹੋ ਜਾਂਦਾ ਆ, ਕਿਤੇ ਕਿਤੇ ਧੁੱਪ ਵੀ ਨਿਕਲ ਆਉਂਦੀ ਆ, ਝੋਨਾ ਲੱਗਣ ਦੀ ਗੁੰਜਾਇਸ਼ ਬਚੀ ਹੈ ਜਾਂ ਬਾਸਮਤੀ ਦੀ? ਅਜੇ ਤੱਕ ਸਰ ਸਾਡੇ ਕੋਲ ਪਨੀਰੀ ਬੀਜਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਝੋਨਾ ਕਿੱਥੋਂ ਲਾਵਾਂਗੇ? ਜੇ ਸੋਚੋ ਤੁਸੀਂ ਮੁੱਲ ਵੀ ਨਹੀਂ, ਪਿਛਲੇ ਬੰਨੇ ਪਾਣੀ ਨਾਲ ਡੁੱਬੀ ਪਿਆ, ਜਿਹੜਾ ਹੈਗੀ ਜਗ੍ਹਾ ਤੇ ਇੱਧਰ ਵੀ ਡੁੱਬੀ ਪਈ ਆ, ਤੇ ਪਨੀਰੀ ਕਿੱਥੇ ਬੀਜਾਂਗੇ? ਸਾਡੇ ਕੋਲ ਪਨੀਰੀ ਨਹੀਂ, ਖੁਦ ਬੀਜ ਲੈਂਦੇ। ਸਰ ਕੀ ਨਾਮ ਹੈ ਜੀ ਤੁਹਾਡਾ? ਹਰਪਾਲ ਸਿੰਘ ਜੀ। ਹਰਪਾਲ ਸਿੰਘ ਜੀ, ਕਿੰਨੀ ਜ਼ਮੀਨ ਹੈ ਤੁਹਾਡੀ ਜਿਹੜੀ ਪਾਣੀ ਦੀ ਮਾਰ ਹੇਠ ਆ ਗਈ ਹੈ ਜੀ? ਸਾਡੀ ਇਹਦੇ 20 ਏਕੜ ਜ਼ਮੀਨ ਆ ਜੀ। 20 ਏਕੜ ਜ਼ਮੀਨ, ਕੀ ਸੀਗਾ ਤੁਹਾਡੇ ਤੁਸੀਂ ਬੀਜਿਆ? ਮੱਕੀ ਆ ਜੀ। ਓਕੇ, ਤੇ ਝੋਨਾ ਲੱਗਾ ਜੀ, ਜਿਹੜਾ ਝੋਨਾ ਵਾ ਉਹ ਸਾਰਾ ਡੁੱਬ ਚੁੱਕਾ ਜੀ। ਮਾਲ ਡੰਗਰ ਦੇ ਲਈ ਚਾਰੇ ਦਾ ਬਚਾਅ ਹੈਗਾ ਕਿ ਨਹੀਂ ਜੀ? ਚਾਰਾ ਵੀ ਅਜੇ ਪੱਕਾ ਡੁੱਬ ਗਿਆ ਜੀ। ਤਾਂ ਫਿਰ ਮਾਲ ਡੰਗਰ ਦੇ ਲਈ ਕਿਤੋਂ ਮੁੱਲ ਲਿਆ ਰਹੇ ਜਾਂ ਮਿਲ ਹੀ ਨਹੀਂ ਰਿਹਾ ਕਿਤੋਂ? ਨਹੀਂ, ਅਜੇ ਤਾਂ ਹੁਣ ਵੇਖੋ ਮੁੱਲ ਲਵਾਂਗੇ। ਤਾਂ ਇੱਥੇ ਜਿਹੜਾ ਸਰ ਤੁਸੀਂ ਜਿਹੜਾ ਲੋਕ ਆਮ ਇੱਥੇ ਆਮ ਅਸੀਂ ਗੱਲ ਸੁਣਦੇ ਹਾਂ 88 ਦਿਹਾੜਾਂ ਦੀ ਵੀ ਗੱਲ ਕਰਦੇ, 88 ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਕਿ ਤੁਹਾਡੇ ਆਮ ਤੌਰ 'ਤੇ ਇਸ ਤਰ੍ਹਾਂ ਦੇ ਬਣਦੇ ਨੇ? ਨਹੀਂ ਜੀ, 88 ਤੋਂ ਬਾਅਦ ਜਦੋਂ ਤੋਂ ਪਾਇਆ ਉਦੋਂ ਹਰ ਸਾਲ ਪਾਣੀ ਆਉਂਦਾ ਰਿਹਾ, ਹੁਣ 2 ਸਾਲ ਹੋ ਗਏ ਨਹੀਂ ਪਾਣੀ ਆਇਆ, ਨਹੀਂ ਤਾਂ ਹਰ ਸਾਲ ਪਾਣੀ ਇਸ ਤਰ੍ਹਾਂ ਆਉਂਦਾ। ਹਰ ਪਾਣੀ ਇਸ ਪਾਸੇ ਆਉਂਦਾ ਕਿਉਂ, ਹਰ ਸਾਲ ਹੀ ਕਿਉਂ ਆਉਂਦਾ? ਉਹ ਤੋਂ ਹਰੀਕੇ ਤੋਂ ਵੱਧ ਜਾਂਦਾ ਪਾਣੀ? ਹਰੀਕਿਆਂ ਤੋਂ ਹੀ ਹਰੀਕਿਆਂ ਤੋਂ ਆਉਂਦਾ। ਹੁਣ ਮੀਂਹ ਕਾਰਨ ਪਹਿਲੋਂ ਆ ਗਿਆ, ਨਾਲ ਬਰਸਾਤ ਦਾ ਸੀਗਾ, ਨਾਲ ਹੁਣ ਹੈੜ ਦਾ ਆ ਗਿਆ। ਕਿੰਨੇ ਕੁ ਸਰ ਪਿੰਡਾਂ ਦੀ ਜਿਹੜੀ ਆ ਮਾਰ, ਕਿੰਨੇ ਕੁ ਪਿੰਡਾਂ ਨੂੰ ਮਾਰ ਪੈਂਦੀ ਆ ਜੀ? ਇਹ ਜੀ ਕਾਫੀ ਪਿੰਡਾਂ 'ਚ, ਹਰੀਕਾ ਤੋਂ ਲੱਗ ਕੇ ਬਾਰਡਰ ਤੱਕ ਸਾਰੇ ਪਿੰਡਾਂ ਨੂੰ ਮਾਰ ਰਹੀ। ਅਗਲੇ ਪਾਸੇ ਜਾਂਦਾ ਪਾਕਿਸਤਾਨ ਚਲਾ ਜਾਂਦਾ ਪਾਣੀ ਜੀ? ਹਾਂਜੀ, ਪਾਕਿਸਤਾਨ ਜਾਂਦਾ ਜੀ। ਤਾਂ ਕਦੀ ਲੋਕ ਇਸ ਤਰ੍ਹਾਂ ਦੀ ਸਰਕਾਰ ਨਾਲ ਮੰਗ ਨਹੀਂ ਕੀਤੀ ਕਿ ਇਹਦੀ ਵਿਵਸਥਾ ਕੀਤੀ ਜਾਵੇ ਕਿ ਪਾਣੀ ਨਾ ਹੀ ਆਵੇ ਜਾਂ ਕਿਤੇ ਰੋਕਿਆ ਜਾਵੇ? ਬਹੁਤ ਵਾਰ ਮੰਗ ਕੀਤੀ ਆ ਜੀ। ਹੁਣ ਵੇਖੋ ਜੀ, ਸਾਡੀ ਨੋਚ ਆ, ਇਹ ਨੋਚ ਜੇ ਗਾੜੀ ਜਿੱਥੋਂ ਤੱਕ ਇਹਦੇ ਪੈਸੇ ਮਿਲੇ ਆ, ਬੰਨੇ ਲੱਗਦੀ ਆ, ਅਤੇ ਫਿਰ ਸਾਡਾ 250 ਕਿੱਲਾ ਜਿਹੜਾ ਜ਼ਮੀਨ ਉਹ ਬਚਦੀ ਆ ਪਾਣੀ।
ਅਸੀਂ ਤਾਂ ਇਹ ਗੱਲ ਅਸੀਂ ਮੰਗ ਕਰਦੇ ਹਾਂ ਕਿ ਸਰ ਜਿਹੜਾ ਵਾ ਦਰਿਆ ਡੂੰਘਾ ਹੋ ਜਾਵੇ, ਇਹਨੂੰ ਪਾਸੇ ਕਰਕੇ ਜਿਹੜਾ ਪਾਣੀ ਆ ਪਾਣੀ ਵਿਜਵੇ ਜਾਵੇ ਬਾਹਰ ਨਾ ਫਸਲਾਂ 'ਚ ਮਾਰ ਕਰੇ। ਵੈਸੇ ਜਿਹੜੇ ਇਹ ਦਰਿਆ ਦੀ ਜਗ੍ਹਾ ਇਸ ਇਸ ਦੇ ਵਿੱਚ ਜਿਹੜੀਆਂ ਜ਼ਮੀਨਾਂ ਜਦੋਂ ਇਹ ਉੱਥੇ ਵਿਰਾਸਤਾਂ ਨੂੰ ਪਾਣੀ ਛੱਡਿਆ ਜਾਣਾ ਲੱਗਾ, ਇਸ ਪਾਸੇ ਬੰਨ ਲਾਤਾ ਸੀ, ਉਸ ਤੋਂ ਬਾਅਦ ਥੱਲੇ ਜ਼ਮੀਨਾਂ ਬਣੀਆਂ ਸੀਗੀਆਂ ਕਿ ਪਹਿਲਾਂ ਪਾਣੀ ਇੱਥੇ ਲਗਾਤਾਰ ਆਉਂਦਾ ਸੀਗਾ ਜੀ? ਨਹੀਂ, ਪਹਿਲਾਂ ਪਾਣੀ ਪਹਿਲਾਂ ਆਉਂਦਾ ਰਿਹਾ, ਜਿਵੇਂ ਜਿਵੇਂ ਦਰਿਆ ਐਂ ਹਟਦਾ ਆਉਂਦਾ, ਇੱਕ ਬੰਨੇ ਕਦੀ 10 ਕਿਲੋ ਉੱਧਰ ਨੂੰ ਹੋ ਗਿਆ, ਕਦੇ ਉੱਧਰ ਨੂੰ ਹੋ ਗਿਆ, ਕਦੇ ਰੇਤ ਉੱਧਰ ਪੈ ਗਈ ਉਹ ਚਾਂ ਉੱਚਾ ਹੋ ਗਿਆ, ਕਦੇ ਇਧਰਲੇ ਬੰਨੇ ਉੱਚਾ ਹੋ ਗਿਆ, ਅਤੇ ਜਿਹੜਾ ਦਰਿਆ ਇੱਥੇ ਵਗਦਾ ਜੀ। ਠੀਕ ਆ ਸਰ, ਕੀ ਨਾਮ ਆ ਤੁਹਾਡਾ? ਜਗਰਾਜ ਸਿੰਘ। ਜਗਰਾਜ ਸਿੰਘ ਜੀ, ਕਿੰਨਾ ਕੁ ਨੁਕਸਾਨ ਤੁਸੀਂ ਤੁਹਾਡਾ ਹੋਇਆ ਮੰਨਦੇ ਜੀ? ਸਰ ਨੁਕਸਾਨ ਤਾਂ ਇੱਦਾਂ ਜੀ, ਹਰ ਵਾਰੀ ਬਹੁਤ ਜ਼ਿਆਦਾ ਹੁੰਦਾ ਇਹ ਪਾਣੀ ਨਾਲ, ਤਾਂ ਹੁੰਦਾ ਹੁੰਦਾ ਜਿਹੜਾ ਬੂਟੀ ਆ ਜੀ, ਇਹ ਬੂਟੀ ਬਾਅਦ ਵਿੱਚ ਨਾ ਤਾਂ ਇਹ ਸਰ ਵਾਹੀ ਜਾਂਦੀ ਆ ਨਾ ਇਹ ਗਲਦੀ ਆ। ਪਹਿਲਾਂ ਪਾਣੀ ਦੇ ਨਾਲ ਹੀ ਆਉਂਦੀ ਆ ਨਾ? ਬਹੁਤ ਜ਼ਿਆਦਾ ਸਰ ਪਾਣੀ ਨਾਲ ਆ ਜਾਂਦੀ ਹੈ, ਇਹ ਸਾਰੀ ਫਸਲ ਰਹਿੰਦੀ ਹੁੰਦੀ ਇਹ ਨੱਪ ਲੈਂਦੀ ਆ ਜਦੋਂ ਉੱਪਰ ਦੀ ਲੰਘਦੀ। ਇੱਕ ਪਾਣੀ ਦਾ ਨਿਕਾਸ ਸਰ ਥੋੜ੍ਹਾ ਅੱਗੇ ਨਾ ਪੂਰਾ, ਕੀ ਹੈ ਪਾਣੀ ਦਾ ਨਿਕਾਸ ਕਿਸ ਪਾਸੇ ਹੋਣਾ ਚਾਹੀਦਾ? ਸਰ ਇਹ ਸੜਕ ਉੱਚੀ ਹੋ ਗਈ ਨਾ ਪਹਿਲਾਂ, ਚਲੋ ਟੱਪ ਟੁੱਪ ਜਾਂਦਾ ਸੜਕ ਦੇ ਉੱਪਰ ਦੀ, ਜਦੋਂ ਦੀ ਇਹ ਫਿਰ ਸੜਕ ਵੱਜ ਗਈ ਹੈ ਨਾ ਉੱਚੀ ਹੋ ਗਈ ਹੈ, ਉਹ ਫਿਰ ਇੱਕ ਜਿਹੜੀ ਪੁਲੀ ਪਾਈ ਹੈ ਲਾਗੇ ਬੰਨਦੇ ਉਹ ਛੋਟੀ ਹੈ, ਉੱਥੇ ਚਾਹੀਦਾ ਵੱਡਾ ਜਾਂ ਪੁਲੀਆਂ ਵੱਡੀਆਂ ਪਾਈਆਂ ਜਾਂਦੀਆਂ ਜਾਂ ਕੋਈ ਛੋਟਾ ਜਿਹਾ ਪੁਲ ਵੱਡਾ ਬਣ ਜਾਂਦਾ। ਉੱਥੇ ਪਾਣੀ ਅਸਲ ਦੇ ਵਿੱਚ ਉਹ ਨੀਵੇਂ ਥਾਂ ਉੱਥੇ ਹੀ ਆ, ਉੱਥੇ ਚਾਹੀਦੀ ਸੀ ਪੁਲੀ ਵੱਡੀ। ਹਾਂਜੀ, ਉਹਦਾ ਕਰਕੇ ਸਰ ਸਾਰੀ ਡਾਫ ਲਾ ਕੇ ਇੱਧਰ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ, ਜੋ ਚਾਰਾ ਤੂੜੀ ਸਾਰੀ ਇੱਧਰ ਹੀ ਗਈ, ਕਿਸਾਨਾਂ ਦੀ ਸਾਰੀ ਇੱਧਰ ਹੀ ਰਹਿ ਗਈ, ਰਸਤੇ ਵੀ ਜਾਮ ਹੋ ਗਏ ਨਾ, ਬੰਦ ਹੋ ਗਏ ਸਾਰੇ। ਤਾਂ ਹੁਣ ਇਹਦਾ ਹੱਲ ਕੀ ਹੋ ਸਕਦਾ ਜਿਹੜਾ ਪਾਣੀ ਦਾ ਨਿਕਾਸ ਹੋ ਸਕੇ, ਜਾਂ ਕਿਸੇ ਡਰੇਨ ਦੇ, ਇੱਥੇ ਡਰੇਨ ਹੈਗੀਆਂ ਨੇੜੇ ਕਿ ਨਹੀਂ? ਨਹੀਂ ਸਰ, ਡਰੇਨ ਨਹੀਂ ਹੈਗੀ ਜੀ, ਇਹ ਸਰ ਹੱਲ ਇਹੋ ਹੀ ਆ ਵੀ ਜਦੋਂ ਪਾਣੀ ਲੱਥੇਗਾ ਬਾਅਦ 'ਚ ਹੌਲੀ ਹੌਲੀ ਪੇਟ 'ਚ ਪਾਣੀ ਜਾਊਗਾ ਦਰਿਆ ਦੇ, ਫਿਰ ਹੌਲੀ ਹੌਲੀ ਜਦੋਂ ਹਟੇਗਾ ਫਿਰ ਆਪੋ ਆਪਣਾ ਕਿਸਾਨ ਜੋ ਵੀ ਆ ਆਪਣਾ ਬਰਸਾਤ, ਫਿਰ ਜਦੋਂ ਬਰਸਾਤ ਹੋਣ ਦਾ ਖਰਚਾ ਕੀ ਕਰ ਸਕਦੇ ਆ ਤੁਹਾਨੂੰ ਪਤਾ ਹੀ ਆ ਜੀ। ਹਾਂਜੀ, ਪਿੰਡਾਂ ਦੇ ਵਿੱਚ ਕੋਈ ਅਨਾਊਂਸਮੈਂਟ ਪ੍ਰਸ਼ਾਸਨ ਵੱਲੋਂ ਕੀਤੀ ਕਿ ਦੱਸਿਆ ਗਿਆ ਥੋੜ੍ਹਾ ਬਹੁਤ ਕਿ ਅਲਰਟ ਰਹੋ? ਹਾਂਜੀ, ਕੀਤੀ ਸਰ ਅਨਾਊਂਸਮੈਂਟ, ਸੁਬਾਹ ਵੀ ਕਰਵਾਈ ਗੁਰਦੁਆਰੇ ਵੀ ਜਿਹੜੇ ਵਿੱਚ ਘਰ ਆ ਨਾ ਦਰਿਆ ਦੇ ਅੰਦਰ ਅੰਦਰਲੀ ਸਾਈਡ ਉਹ ਸਾਰੇ ਉੱਠ ਜਾਣ। ਕਿੰਨੇ ਕੁ ਪਾਣੀ ਦੇ ਵਿੱਚ ਆ ਗਿਆ ਹੁਣ ਹੈਗੀ ਵਿੱਚ ਹੈਗੇ ਸੀ ਘਰ? ਕਿੰਨੇ ਸਰ ਹੈਗੇ ਆ? 8-9 ਘਰ ਆ ਸਾਡੇ ਏਰੀਏ ਦੇ ਹੈਗੇ ਆ, ਪਾਓਵਾਲ ਪਿੰਡ ਦੇ ਉੱਠ ਗਏ ਨੇ ਸਰ। ਹਾਂਜੀ ਹਾਂਜੀ ਸਰ, ਉਹ ਪਿੱਛੇ ਲੈ ਜਾਂਦੇ ਸਮਾਨ। ਬਿਲਕੁਲ ਇਹ ਵਿਥਾ ਹੈ ਬਰਸਾਤ ਤੋਂ ਬਾਅਦ ਬਣੇ ਹਾਲਾਤਾਂ ਦੀ, ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ, ਜਿਵੇਂ ਦਲੇਰ ਸਿੰਘ ਨੇ ਦੱਸਿਆ, ਜੁਗਰਾਜ ਸਿੰਘ ਹੁਣਾਂ ਨੇ ਦੱਸਿਆ ਕਿ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ, ਕਿਉਂਕਿ ਸੜਕ ਉੱਚੀ ਹੋ ਗਈ, ਕੋਟ ਬੋਟਾ ਪਤਨ ਦੇ ਉੱਤੇ ਪਾਣੀ ਜਿਹੜਾ ਸੀ ਪਹਿਲਾਂ ਕ੍ਰੋਸ ਕਰ ਜਾਂਦਾ ਸੀ, ਸੜਕਾਂ ਉੱਚੀਆਂ ਹੋਣ ਕਰਕੇ ਪਾਣੀ ਇਸ ਪਾਸੇ ਦੋਵੇਂ ਪਾਸੇ ਰਹਿਣ ਲੱਗ ਪਿਆ, ਅਗਲੇ ਪਾਸੇ ਨਿਕਾਸ ਨਾ ਹੋਣ ਕਰਕੇ ਇੱਕੋ ਹੀ ਹੱਲ ਹੈ ਕਿ ਪਾਣੀ ਜਿਹੜਾ ਜਿਵੇਂ ਅੱਗੇ ਵਧੇਗਾ ਇਹਨਾਂ ਖੇਤਾਂ 'ਚੋਂ ਪਾਣੀ ਜਿਹੜਾ ਹਟ ਕੇ ਜਾਏਗਾ, ਤਦ ਹੀ ਇਸ ਦੀ ਮਾਰ ਜਿਹੜੀ ਕਿਸਾਨਾਂ ਨੂੰ ਇਹਦੀ ਮਾਰ ਤੋਂ ਮੁਕਤ ਹੋ ਸਕਣਗੇ। ਚਾਰਾ ਬਿਲਕੁਲ ਖਤਮ ਹੋ ਚੁੱਕਾ ਹੈ, ਉੱਜੜ ਚੁੱਕਿਆ ਹੈ, ਮਾਲ ਡੰਗਰ ਦੇ ਲਈ ਜਿਹੜਾ ਚਾਰਾ ਨਹੀਂ ਬਚਿਆ, ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ, ਝੋਨਾ ਲੱਗਣ ਦੀ ਜਿਹੜੀ ਗੁੰਜਾਇਸ਼ ਹੈ ਬਿਲਕੁਲ ਜਿਹੜੀ ਹੈ ਨਿਗੂਣੀ ਹੈ, ਬਿਲਕੁਲ ਇਸ ਦੀ ਸੰਭਾਵਨਾ ਨਹੀਂ ਰਹੀ। ਮੱਕੀ ਦੀ ਫਸਲ ਜਿਹੜੀ ਪੱਕ ਕੇ ਖੜੀ ਸੀ ਉਹ ਵੀ ਤਬਾਹ ਹੋ ਚੁੱਕੀ ਹੈ। ਤਾਂ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਤਾਂ ਮੁਆਵਜ਼ਾ ਜਿਹੜਾ ਕਿਸਾਨਾਂ ਨੇ ਕਿਹਾ ਕਿ ਬਹੁਤ ਥੋੜ੍ਹਾ ਮੁਆਵਜ਼ਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਹਰ ਸਾਲ ਦੀ ਗੱਲ, ਕਿਸਾਨ ਤਾਂ ਹਾਲਾਂਕਿ ਹਾਲਾਤ ਪਹਾੜਾਂ ਦੇ ਵਿੱਚ ਇਸ ਵਾਰ ਬਾਰਿਸ਼ ਜ਼ਿਆਦਾ ਹੋਣ ਕਰਕੇ, ਹਿਮਾਚਲ ਦੇ ਵਿੱਚ ਬਾਰਿਸ਼ ਹੋਣ ਕਰਕੇ ਪੂਰੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਬਣੇ ਨੇ। ਇਸ ਪਾਸੇ ਕਿਸਾਨ ਜ਼ਿਕਰ ਤਾਂ ਕਰਦੇ ਨੇ ਕਿ ਹਰੀਕੇ ਹੈੱਡਵਰਕਸ ਤੋਂ ਹਰ ਵਾਰ ਮੌਨਸੂਨ ਦੇ ਦੌਰਾਨ ਕੁਝ ਨਾ ਕੁਝ ਪਾਣੀ ਛੱਡਿਆ ਜਾਂਦਾ ਹੈ ਅਤੇ ਉਸ ਦੇ ਨਾਲ ਜ਼ਰੂਰ ਕੁਝ ਫਸਲਾਂ ਜਿਹੜੀਆਂ ਆਏ ਸਾਲ ਤਬਾਹ ਹੁੰਦੀਆਂ ਨੇ, ਪਰ ਇਸ ਲੈਵਲ ਦੇ ਉੱਤੇ ਜਿਹੜੇ ਕਿਸਾਨਾਂ ਦਾ ਕਹਿਣਾ ਕਿ ਵੱਡੇ ਲੈਵਲ 'ਤੇ 1988 ਦੇ ਵਿੱਚ ਹੋਈਆਂ ਸੀ ਅਤੇ ਉਸ ਤੋਂ ਬਾਅਦ ਹਲੇ ਵੀ ਕਿਸਾਨਾਂ ਨੂੰ ਉਮੀਦ ਹੈ ਕਿ ਇੱਥੇ ਹੀ ਜੇ ਰੁਕ ਜਾਵੇ ਪਾਣੀ ਦਾ ਪੱਧਰ, ਜੇ ਇਸੇ ਇੰਨਾ ਹੀ ਰਹੇ ਤਾਂ ਅਗਲੇ ਦਿਨਾਂ 'ਚ ਹਾਲਾਤ ਨੋਰਮਲ ਹੋ ਸਕਦੇ ਨੇ। ਫਿਲਹਾਲ ਕਾਫੀ ਨੁਕਸਾਨ ਹੋ ਚੁੱਕਾ ਹੈ, ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਇਹੋ ਹੀ ਕਰ ਰਹੇ ਨੇ ਸਾਰੇ ਕਿ ਹੁਣ ਬਾਰਿਸ਼ ਨਾ ਹੋਵੇ, ਪਹਾੜਾਂ ਦੇ ਵਿੱਚ ਵੀ ਜਿਹੜੀ ਬਾਰਿਸ਼ ਹੈ ਉਹ ਰੁਕ ਜਾਵੇ ਤਾਂ ਕਿ ਮੈਦਾਨੀ ਇਲਾਕਿਆਂ 'ਚ, ਖਾਸ ਤੌਰ 'ਤੇ ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਹੜ੍ਹਾਂ ਦੇ ਹਾਲਾਤ ਨਾ ਬਣਨ, ਲੋਕ ਆਪਣੇ ਘਰਾਂ ਤੋਂ ਨਾ ਉੱਜੜਨ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਫਿਰੋਜ਼ਪੁਰ।